कोरोना वायरस के लिए भावें पंजाब विच करफ्यू लगाया गया है, परंतु इस महामारी के दौरान जो लोड़वंद परिवार प्रभावित हो रहे हैं उन्होंने राशन मुहैया करवाने के लिए तरन तारण च समाजिक संस्थावां वालों निरंतर सेवा जारी है ता जो कोई भी व्यक्ति भुखा ना सो सके। इस दे नाल ही श्री चामुंडा सेवा सभा मैंबर वालों जदों तो पंजाब दे विच लॉकडाउन दे नाल नाल करफ्यू लग्या होया है उदों तो ही लोड़वंद परिवारों नूं राशन मुहैया करवा रहे हैं। इस संबंधी दा टीवी एनआरआई दी टीम दे नाल उन्होंने गलबात की। ਸਰ ਕਿਹੜੀ ਸੰਸਥਾ ਵੱਲੋਂ ਇਹ ਜਿਹੜਾ ਰਾਸ਼ਨ ਭੇਟ ਕੀਤਾ ਜਾ ਰਿਹਾ ਅਤੇ ਕਿੰਨੇ ਸਮੇਂ ਤੱਕ ਕੀਤਾ ਜਾ ਰਹੀ ਜੀ? ਇਹ ਸਰ ਸਾਡੀ ਸੰਸਥਾ ਸ਼੍ਰੀ ਚਮੁੰਡਾ ਸੇਵਕ ਸਭਾ, ਸਾਡੇ ਪ੍ਰਧਾਨ ਸਾਹਿਬ ਪ੍ਰਮੋਦ ਕੁਮਾਰ ਜੀ ਬਿੱਟੂ ਗੁੜ ਵਾਲੇ, ਉਹਨਾਂ ਦੀ ਰਹਿਨੁਮਾਈ ਹੇਠ ਅਸੀਂ ਇਹ ਜਿੱਦਣ ਦਾ ਲੋਕਡਾਊਨ ਸ਼ੁਰੂ ਹੋਇਆ ਜੀ ਅਤੇ ਉੱਦਣ ਦਾ ਹੀ ਅਸੀਂ ਇਹ ਰਾਸ਼ਨ ਹੈ ਜਿਹੜਾ 36 ਦਿਨ ਹੋ ਗਏ ਆ ਮਹਾਰਾਣੀ ਦੀ ਕਿਰਪਾ ਦੇ ਨਾਲ, ਔਰ 36 ਦਿਨ ਤੋਂ ਅਸੀਂ ਰਾਸ਼ਨ ਇਹ ਗਰੀਬ ਪਰਿਵਾਰਾਂ ਨੂੰ ਵਿਧਵਾਵਾਂ ਨੂੰ ਪਿੰਡਾਂ 'ਚ ਜਾ ਕੇ ਪ੍ਰੋਵਾਈਡ ਕਰਾ ਰਹੇ ਹਾਂ ਜੀ। ਜਿੰਨਾ ਤੱਕ ਇਹ ਲੋਕਡਾਊਨ ਰਹੂਗਾ ਜੀ ਚਮੁੰਡਾ ਸੇਵਕ ਸਭਾ ਹਰ ਵੇਲੇ ਹਾਜ਼ਰ ਹੈ ਜੀ ਗਰੀਬ ਪਰਿਵਾਰਾਂ ਵਾਸਤੇ। ਸਾਡੇ ਮਤਲਬ ਪਿਛਲੇ 48 ਸਾਲ ਤੋਂ ਅਸੀਂ ਚਮੁੰਡਾ ਦੇਵੀ ਜਾ ਕੇ 11 ਦਿਨ ਅਟੁੱਟ ਲੰਗਰ ਵਰਤਦਾ ਜੀ, 24 ਘੰਟੇ ਦਿਨ ਰਾਤ ਲੰਗਰ ਚੱਲਦਾ ਜੀ, ਔਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਤਲਬ ਕੋਈ ਆਪਦਾ ਆਉਂਦੀ ਹੈ ਜੀ ਤਾਂ ਚਮੁੰਡਾ ਸੇਵਕ ਸਭਾ ਮੈਂਬਰਾਨ ਹਰ ਵੇਲੇ ਹਾਜ਼ਰ ਹੈ। ਮੈਨੂੰ ਬਹੁਤ ਮਾਤ ਇੱਕ ਕਰ ਰਹੇ ਆ, ਅਸੀਂ ਉਹਨਾਂ ਦਾ ਪ੍ਰੋਤਸਾਹਨ ਵਧਾਉਣ ਵਾਸਤੇ ਅਸੀਂ ਬਹੁਤ ਉਹਨਾਂ ਨੂੰ ਮਤਲਬ ਹੱਥ ਜੋੜ ਕੇ ਇਹ ਬੇਨਤੀ ਕਰਦੇ ਹਾਂ, ਆਪਣਾ ਵੀ ਧਿਆਨ ਰੱਖੋ ਅਤੇ ਲੋਕਾਂ ਦਾ ਤਾਂ ਉਹ ਰੱਖ ਹੀ ਰਹੇ ਆ, ਔਰ ਸਾਡੇ ਜਿਹੜੇ ਡਾਕਟਰਸ ਨੇ ਨਰਸਿਸ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਅਤੇ ਸਾਡੇ ਪੁਲਿਸ ਦੇ ਮੁਲਾਜ਼ਮਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਮਤਲਬ ਦਿਨ ਰਾਤ ਕਰਕੇ ਸਾਡੀ ਰੱਖਿਆ ਕਰ ਰਹੇ ਆ, ਔਰ ਇੱਕ ਮਤਲਬ ਸਾਡਾ ਦਿਲੋਂ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ। ਔਰ ਦੂਸਰੀ ਗੱਲ ਇਹ ਹੈ ਸਾਡੇ ਮਾਣਯੋਗ SSP ਸਾਹਿਬ, ਸਾਡੇ DC ਸਾਹਿਬ, ਸਾਡੇ SDM ਸਾਹਿਬ, ਤਹਿ ਦਿਲੋਂ ਉਹਨਾਂ ਦਾ ਧੰਨਵਾਦ ਹੈ ਜੀ ਕਿ ਸਾਡੀ ਦਿਨ ਰਾਤ ਕਰਕੇ ਮਤਲਬ ਸਾਡੀ ਮਤਲਬ ਸਿੱਖਿਆ ਕਰ ਰਿਹਾ। ਔਰ ਦੂਜੀ ਗੱਲ, ਪੱਤਰਕਾਰ ਭਾਈਚਾਰੇ ਦਾ ਵੀ ਬਹੁਤ ਸਹਿਯੋਗ ਹੈ ਇਸ ਚੀਜ਼ ਦੇ ਵਿੱਚ। ਪੱਤਰਕਾਰ ਭਾਈਚਾਰੇ ਨੇ ਮਤਲਬ ਇਕੱਲੀ ਇਕੱਲੀ ਚੀਜ਼ ਨੂੰ ਰਿਪੋਰਟਿੰਗ ਕੀਤੀ, ਔਰ ਹਰ ਇੱਕ ਚੰਗੀ ਖਬਰ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਜੀ। ਅਸੀਂ ਉਹਨਾਂ ਦਾ ਵੀ ਚਮੁੰਡਾ ਸੇਵਕ ਸਭਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਵੱਲੋਂ ਸਾਰੇ ਮੈਂਬਰਾਂ ਵੱਲੋਂ ਦੁਖਵੰਦ ਪਾਇਆ ਗਿਆ ਜੀ, ਅਤੇ ਜਿੰਨੇ ਜੋ ਸਰ ਦਾ ਬੰਦਾ ਸਾਡੇ ਸਭਾ ਦੇ ਮੈਂਬਰਾਂ ਨੇ ਪਾਇਆ ਜੀ, ਅਤੇ ਉਹਦਾ ਅਸੀਂ ਰਾਸ਼ਨ ਲਿਆਂਦਾ ਜੀ, ਅਤੇ ਜਿੱਦਣ ਦਾ ਲੋਕਡਾਊਨ ਸ਼ੁਰੂ ਹੋਇਆ ਅਤੇ ਉਦੋਂ ਦਾ ਅਸੀਂ ਰਾਸ਼ਨ ਵੰਡ ਰਹੇ ਹਾਂ। ਅੱਜ ਦੀ ਤਰੀਕ 'ਚ ਵੀ ਵੰਡ ਰਹੇ ਹਾਂ, ਲੋਕਾਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਘਰੋਂ ਬਾਹਰ ਨਾ ਨਿਕਲੋ, ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੀ ਸੇਵਾ 'ਚ ਅਸੀਂ ਹਰ ਵੇਲੇ ਆ ਜਾਂਦੇ ਹਾਂ। ਕਿੰਨੇ ਪਰਿਵਾਰਾਂ ਨੇ ਵੰਡਿਆ? ਅਸੀਂ ਨੰਬਰ ਆਪਣੇ ਦਿੱਤੇ ਹੋਏ ਨੇ ਸੋਸ਼ਲ ਮੀਡੀਆ 'ਤੇ, ਸਾਨੂੰ ਕਾਲ ਕਰੋ, ਅਸੀਂ ਤੁਹਾਡੇ ਜਿੱਥੋਂ ਪਿੰਡ ਤੋਂ ਵੀ ਕਾਲ ਆਏਗੀ ਅਸੀਂ ਤੁਹਾਡੇ। ਕਿੰਨੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ? ਅਸੀਂ  3000 ਤੋਂ ਪਲੱਸ ਬੰਦਿਆਂ ਤੱਕ ਪਰਿਵਾਰਾਂ ਤੱਕ ਰਾਸ਼ਨ ਦੇ ਚੁੱਕੇ ਹਾਂ ਜੀ। ਅਤੇ ਜਦੋਂ ਤੱਕ ਲੋਕਡਾਊਨ ਰਹੂਗਾ ਆ ਕਰੋਨਾ ਰਹੇਗਾ, ਅਤੇ ਅਸੀਂ ਚਮੁੰਡਾ ਸੇਵਕ ਸਭਾ ਮੈਦਾਨ 'ਚ ਰਹੇ। ਬਾਕੀ ਸੰਸਥਾਵਾਂ ਨੂੰ ਤੁਹਾਡੀ ਕੀ ਅਪੀਲ? ਹਾਂਜੀ, ਬਾਕੀ ਸੰਸਥਾ ਨੂੰ ਸਾਡੀ ਇਹ ਅਪੀਲ ਹੈ ਜੀ ਕਿ ਸਾਰੇ ਵੱਧ ਚੜ ਕੇ ਕੰਮ ਕਰੋ, ਆਓ ਇੱਥੇ ਲੋਕਾਂ ਦੀ। ਤਰਨ ਤਾਰਨ ਤੋਂ ਪਵਨ ਕੁਮਾਰ ਦੀ ਰਿਪੋਰਟ, ਤਾਂ TV NRI।